ਕਿਸਾਨਾਂ ਵੱਲੋਂ ਦੂਜੇ ਦਿਨ ਵੀ ਲੁਧਿਆਣਾ ਫਿਰੋਜ਼ਪੁਰ ਹਾਈਵੇ ਜਾਮ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨ ਪੰਜਾਬ ਨੈਸ਼ਨਲ ਬੈਂਕ ਦੇ ਨਜ਼ਦੀਕ ਧਰਨੇ 'ਤੇ ਬੈਠੇ ਨੇ। ਸਰਕਾਰ ਅਤੇ ਬੈਂਕ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕਰ ਰਹੇ ਨੇ। ਇਹ ਕਿਸਾਨ ਲੁਧਿਆਣਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ, ਜਿਸ ਵਿੱਚ 7 ਕਿਸਾਨ ਯੂਨੀਅਨ ਸ਼ਾਮਲ ਨੇ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਅਸੀਂ 3 ਮੰਗਾਂ 'ਤੇ ਲੈ ਕੇ ਆ ਮੋਰਚਾ ਲਾਇਆ। ਜਿਹੜੀਆਂ ਬੈਂਕਾਂ ਨਾਲ ਸੰਬੰਧਿਤ ਨੇ ਉਹ 3 ਮੰਗਾਂ ਨੇ। ਇੱਕ ਡਬਲ ਗਰੰਟੀ ਦੀ ਗੱਲ, ਇੱਕ ਅਦਾਲਤਾਂ ਦੇ ਵਿੱਚ ਖਾਲੀ ਬਾਕਸ ਚੱਕ ਕੇ ਲੈ ਕੇ ਅਦਾਲਤਾਂ ਦੇ ਵਿੱਚ ਕੇਸ ਚੱਲਣ ਦੀ ਗੱਲ, ਤੀਜਾ ਇਹਨਾਂ ਬਾਕਸਾਂ ਰਾਹੀਂ ਅਦਾਲਤਾਂ ਦੇ ਵਿੱਚੋਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਕਿਸਾਨਾਂ ਨੂੰ ਰਿਹਾਅ ਕਰਾਉਣ ਦੀ ਗੱਲ। 3 ਗੱਲਾਂ 'ਤੇ ਸਾਡਾ ਇਹ ਮੋਰਚਾ ਹੈ ਅਤੇ ਇਹਦੇ ਸੰਬੰਧ 'ਚ 2 ਵਾਰ ਸਾਡੀ ਸਰਕਾਰੀ ਸਹਿਕਾਰੀ ਮੰਤਰੀ ਸੁਰਜਿੰਦਰ ਸਿੰਘ ਰੰਧਾਵਾ ਨਾਲ ਸੀਟਿੰਗ ਹੋ, ਜਿਹਦੇ 2 ਵਾਰੀ ਗੱਲ ਸਾਡੀ ਟੁੱਟ। ਕੁਛ ਗੱਲਾਂ ਸਰਕਾਰ ਮੰਨ ਗਈ, ਸਹਿਕਾਰਤਾ ਮੰਤਰੀ ਇਹ ਗੱਲ ਮੰਨ ਗਿਆ ਵੀ ਡਬਲ ਗਰੰਟੀ ਵਾਲੀ ਗੱਲ ਤੁਹਾਡੀ ਜਾਇਜ਼ ਹੈ, ਨਹੀਂ ਲੱਗਣੀ ਚਾਹੀਦੀ। ਅਸੀਂ ਕਿਹਾ ਵੀ ਜੇ ਜਾਇਜ਼ ਹੈ, ਜੇ ਗੈਰ ਕਾਨੂੰਨੀ ਹੈ, ਤਾਂ ਜਿਨ੍ਹਾਂ ਨੇ ਇਹ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ ਉਹਨਾਂ 'ਤੇ ਕਾਰਵਾਈ ਕੀਤੀ। ਇਹ ਤੋਂ ਪੱਲਾ ਝੜ ਗਈ ਸਰਕਾਰ। ਦੂਜੀ ਗੱਲ, ਜਿੰਨੇ ਖਾਲੀ ਚੈੱਕ ਲਏ ਨੇ ਬੈਂਕਾਂ ਨੇ ਉਹ ਚੈੱਕ ਵਾਪਸ ਕੀਤੇ ਜਾਣ। ਜਿੰਨੇ ਅਦਾਲਤਾਂ ਦੇ ਵਿੱਚ ਖਾਲੀ ਚੈੱਕਾਂ 'ਤੇ ਕੇਸ ਚੱਲਦੇ ਨੇ ਉਹ ਕੇਸ ਵਾਪਸ ਲੈ ਜਾਣ। ਅਦਾਲਤਾਂ ਦੇ ਵਿੱਚ ਕੇਸ ਲਾ ਕੇ 30 ਕਿਸਾਨ ਜੇਲ੍ਹਾਂ 'ਚ ਬੰਦ ਨੇ, ਉਹ 161 ਧਾਰਾ ਤਹਿਤ ਰਿਹਾਅ ਕੀਤੇ ਜਾਣ। ਜਿਹੜੇ ਕਿਸਾਨਾਂ ਤੋਂ ਚੈੱਕ ਪਰਲੋਟ ਗੈਰ ਕਾਨੂੰਨੀ ਲੈ ਕੇ ਰੱਖਿਆ ਸਰਕਾਰ ਨੇ, ਉਹ ਵਾਪਸ ਕੀਤੇ ਜਾਣ। ਇਸ ਢੰਗ ਨਾਲ ਉਹਨਾਂ ਨੂੰ ਜਲੀਲ ਕਰਨਾ ਬੰਦ ਕੀਤਾ ਜਾਵੇ। ਅੱਜ ਜਦੋਂ ਸਾਰੇ ਪੰਜਾਬ ਪੱਧਰ ਦਾ ਧਰਨਾ ਚੱਲਦਾ, ਤਾਂ ਅੱਜ ਵੀ ਨਾਭਾ ਤਹਿਸੀਲ ਦੇ ਪਿੰਡ 'ਚੋਂ ਇੱਕ ਕਿਸਾਨ ਨੂੰ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਗੁਰਦਾਸ ਜਿਹੜੀ ਪੁਲਿਸ ਉਹ ਫੜਨ ਆਈ ਹੈ ਗੁਜਰਾਤ ਦੀ, ਜਲੀਲ ਕਰ ਰਹੇ ਆ। ਇਹ ਖੁਦਕੁਸ਼ੀਆਂ 'ਚ ਵਾਧਾ ਕਰ ਰਹੇ ਆ ਅਤੇ ਦੂਜੇ ਪਾਸੇ ਅਸੀਂ ਕਹਿੰਦੇ ਕਿਸਾਨਾਂ ਦੀ ਬਾਂਹ ਫੜਦੇ ਹਾਂ। ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਵੀ ਜਿਹੜੇ ਅਧਿਕਾਰੀਆਂ ਨੇ ਗੈਰ ਕਾਨੂੰਨੀ ਚੈੱਕ ਲੈ ਕੇ ਕਿਸਾਨਾਂ ਨੂੰ ਇਹ ਕਾਨੂੰਨੀ ਚੱਕਰ ਦੇ ਵਿੱਚ ਫਸਾਇਆ, ਜਲੀਲ ਕੀਤਾ, ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਬਣਦੀ ਕਾਰਵਾਈ ਕਰੇ ਅਤੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।